ਕੈਨੇਡਾ ਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਨੋਰਮਸ ਦੇ ਵਿੱਚ ਛੋਟੀਆਂ ਜਿਹੀਆਂ ਚੇਂਜਸ ਆਈਆਂ ਨੇ ਜਿਹਨੂੰ ਲੈ ਕੇ ਕਾਫੀ ਲੋਕ ਐਵੇਂ ਹੀ ਅਨਨੈਸੈਸਰੀ ਚਿੰਤਾ 'ਚ ਵੀ ਨੇ ਸਟੂਡੈਂਟਸ, ਹਾਲਾਂਕਿ ਬਹੁਤ ਵੱਡੀ ਗੱਲ ਨਹੀਂ ਹੈਗੀ। ਇਹ ਹੈ ਕਿ ਸਾਰਾ ਪ੍ਰੋਸੈਸ ਕਿਹੜੀਆਂ ਚੇਂਜਸ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਚ ਅਨਾਊਂਸ ਕੀਤੀਆਂ ਨੇ ਮਾਰਕ ਮਿਲਰ ਹੋਣਾ ਨੇ ਇੱਕ ਦਿਨ ਪਹਿਲਾਂ, ਅੱਜ ਮੈਂ ਡਿਟੇਲ ਡਿਸਕਸ਼ਨ ਇਸ ਵੀਡੀਓ 'ਚ ਇਸੇ ਟੋਪਿਕ 'ਤੇ ਕਰੂੰਗਾ। ਸਵਾਗਤ ਤੁਹਾਡਾ ਸਾਰਾ ਦਾ ਸਾਡੇ ਐਮਕੈਨ ਇਮੀਗ੍ਰੇਸ਼ਨ ਦੇ ਇਸ ਯੂਟਿਊਬ ਚੈਨਲ ਦੇ ਉੱਪਰ। ਮੇਰਾ ਨਾਮ ਪ੍ਰਿਥੀਪਾਲ ਸਿੰਘ ਗਿੱਲ, ਮੈਂ ਇੱਕ ਲਾਇਸੈਂਸ ਅਤੇ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹਾਂ। ਇੱਕ ਛੋਟੀ ਜਿਹੀ ਰਿਕੁਐਸਟ ਇਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ, ਅਗਰ ਸਾਡਾ ਯੂਟਿਊਬ ਚੈਨਲ ਤੁਸੀਂ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਪਹਿਲੀ ਵਾਰ ਸਾਡੇ ਚੈਨਲ 'ਤੇ ਆ ਰਹੇ ਹੋ, ਪਲੀਜ਼ ਸਬਸਕ੍ਰਾਈਬ ਕਰੋ। ਅਸੀਂ ਬਹੁਤ ਤਰ੍ਹਾਂ ਦੇ ਇਨਫੋਰਮੇਟਿਵ ਵੀਡੀਓਜ਼ ਰੈਗੂਲਰ ਬੇਸਿਸ 'ਤੇ ਇਸੇ ਪਲੈਟਫਾਰਮ 'ਤੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ। ਸੋ ਗੱਲ ਕਰਦੇ ਹਾਂ ਆਪਾਂ ਹੁਣ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਵਿੱਚ ਇੱਕ ਛੋਟੀਆਂ ਜਿਹੀਆਂ ਚੇਂਜਸ ਲੈ ਕੇ ਆਉਂਦੀਆਂ ਨੇ IRCC ਨੇ ਇੱਕ ਦਿਨ ਪਹਿਲਾਂ, ਜਿਹੜੀਆਂ ਮਾਰਕ ਮਿਲਰ ਉਹਨਾਂ ਨੇ ਅਨਾਊਂਸ ਕੀਤੀਆਂ ਨੇ, ਉਹਦੇ ਵਿੱਚ ਇੱਕ ਦੋ ਤਰ੍ਹਾਂ ਦਾ ਪ੍ਰੋਸੈਸ ਹੈ ਜਿਹਨਾਂ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਜਦ ਸਟੂਡੈਂਟ ਆਪਦੀ ਪੜ੍ਹਾਈ ਖਤਮ ਕਰਦਾ ਵਾ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਦੇ ਵਿੱਚ, ਇੱਕ ਸਾਲ ਅਗਰ ਤੁਸੀਂ ਪੜ੍ਹਾਈ ਖਤਮ ਕਰ ਇੱਕ ਸਾਲ ਦੀ ਪੜ੍ਹਾਈ ਕਰਦੇ ਹੋ ਤਾਂ ਇੱਕ ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਵਾ, 2 ਸਾਲ ਦੀ ਕਰਦੇ ਹੋ ਤਾਂ 3 ਸਾਲ ਦਾ ਵਰਕ ਪਰਮਿਟ ਮਿਲਦਾ ਤੁਹਾਨੂੰ। ਹੁਣ ਤੁਹਾਡੇ ਕੋਲ 2 ਆਪਸ਼ਨਸ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨ ਦੇ। ਇੱਕ ਹੈਗਾ ਵਾ ਔਨਲਾਈਨ ਦਾ ਪ੍ਰੋਸੈਸ, ਦੂਸਰਾ ਹੈਗਾ ਵਾ ਕਿ ਤੁਸੀਂ ਜਿਹੜਾ ਤੁਹਾਡੇ ਨੀਅਰੈਸਟ ਬਾਰਡਰ ਪੈਂਦਾ ਵਾ, ਬਾਰਡਰ ਕੀ ਆ ਕੈਨੇਡਾ ਔਰ ਅਮੈਰੀਕਾ, ਬਹੁਤ ਜਗ੍ਹਾ 'ਤੇ ਇਹੋ ਜਿਹੀ ਸਿਚੁਏਸ਼ਨ ਹੈਗੀ ਆ ਜਿੱਥੇ ਕੈਨੇਡਾ ਅਤੇ ਅਮੈਰੀਕਾ ਦਾ ਬਾਰਡਰ ਆ, ਜਿੱਦਾਂ ਵੈਨਕੂਵਰ ਸਰੀ ਦੇ ਲਾਗੇ ਕੈਨੇਡਾ ਦਾ ਕਾਫੀ ਵੱਡਾ ਬਾਰਡਰ ਆ, 3-4 ਬਾਰਡਰ ਪੈਂਦੇ ਨੇ, ਇੱਦਾਂ ਹੀ ਟੋਰਾਂਟੋ ਦੇ ਲਾਗੇ ਜਿਹੜਾ ਨਿਆਗਰਾ ਫਾਲਸ ਆ ਉੱਥੇ ਤੁਹਾਨੂੰ ਬਾਰਡਰ ਮਿਲਦਾ ਵਾ, ਇਸੇ ਤਰੀਕੇ ਨਾਲ ਮੌਂਟਰੀਅਲ ਦੇ ਵਿੱਚ ਤੁਹਾਨੂੰ ਬਾਰਡਰ ਮਿਲਦਾ ਵਾ, ਕੈਲਗਰੀ ਵਾਲੇ ਸਾਈਡ ਥੋੜ੍ਹਾ ਦੂਰ ਪੈਂਦਾ ਬਾਰਡਰ 8-9 ਘੰਟੇ, ਪਰ ਉੱਥੇ ਵੀ ਬਾਰਡਰ ਦੀ ਆਪਸ਼ਨ ਹੈਗੀ ਆ। ਸੋ ਕੈਨੇਡਾ ਦੇ ਕੁਛ ਇਹੋ ਹਿੱਸੇ ਨੇ ਜਿਹੜੇ USA ਦੇ ਨਾਲ ਨਾਲ ਲੱਗਦੇ ਨੇ, ਉੱਥੇ ਬਾਰਡਰ ਹੈਗਾ ਵਾ। ਸੋ ਉੱਥੇ ਜਾ ਕੇ ਸਟੂਡੈਂਟ ਕੀ ਕਰਦੇ ਸੀਗੇ ਕਿ ਉੱਪਰ ਤੁਸੀਂ ਜਿਹੜੇ ਵੀਜ਼ਾ ਆਫੀਸਰ ਨੇ, ਜਿਹੜੇ ਲੋਕ ਅਮੈਰੀਕਾ ਤੋਂ ਕੈਨੇਡਾ ਨੂੰ ਆਉਂਦੇ ਨੇ, ਤੁਸੀਂ ਉਸ ਪਾਸੇ ਜਾ ਕੇ ਆਪਦਾ ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਆ ਉਹ ਵੀ ਲੈ ਸਕਦੇ ਸੀ। ਉਸ ਪ੍ਰੋਸੈਸ ਨੂੰ ਫਲੈਗ ਪੋਲਿੰਗ ਕਿਹਾ ਜਾਂਦਾ ਵਾ। ਇਹ ਪ੍ਰੋਸੈਸ ਆਮ ਤੌਰ 'ਤੇ ਜਿਹੜੇ ਵਰਕਰਸ ਕੈਨੇਡਾ ਜਾਂਦੇ ਨੇ, ਅਗਰ ਕਿਸੇ ਨੇ ਵਿਜ਼ਟਰ ਤੋਂ ਵਰਕ ਪਰਮਿਟ 'ਤੇ ਕਨਵਰਟ ਕਰਨਾ, ਉਹਦੇ ਲਈ ਸੀਗਾ ਆਮ ਤੌਰ 'ਤੇ ਪ੍ਰੋਸੈਸ। ਅਗਰ ਤੁਸੀਂ ਕੋਈ ਆਪਦਾ LMIA ਲੈਣਾ ਚਾਹੁੰਦੇ ਹੋ, ਉਸ ਟਾਈਮ ਵੀ ਤੁਸੀਂ ਇਸ ਪ੍ਰੋਸੈਸ ਨੂੰ ਯੂਜ਼ ਕਰ ਸਕਦੇ ਸੀਗੇ। ਹੋਰ ਵੀ ਕਈ ਵੇਜ਼ ਨੇ, ਬਹੁਤ ਵਾਰ ਅਗਰ ਤੁਹਾਡੀ PR ਹੁੰਦੀ ਹੈ, ਤੁਸੀਂ ਇਨਸਾਈਡ ਕੈਨੇਡਾ ਹੋ, ਤਾਂ ਵੀ ਤੁਸੀਂ ਇਸ ਪ੍ਰੋਸੈਸ ਨੂੰ ਯੂਜ਼ ਕਰਕੇ ਕੈਨੇਡਾ 'ਚ ਐਂਟਰ ਕਰਦੇ ਹੋ, ਔਰ ਐਂਟਰ ਕਰਕੇ ਜਿਹੜਾ ਵੀਜ਼ਾ ਆਫੀਸਰ ਆ ਉਹ ਤੁਹਾਨੂੰ ਜਿਹੜਾ ਤੁਹਾਡਾ ਡਾਕੂਮੈਂਟ ਆ, ਜੋ ਵੀ ਤੁਹਾਡੀ ਸਟੈਂਪ ਹੈਗੀ ਹੈ, ਜਿਸ ਤਰ੍ਹਾਂ ਦਾ ਵੀ ਤੁਸੀਂ ਕੈਟਾਗਰੀ ਦੇ ਵਿੱਚ ਕੋਈ ਵੀਜ਼ਾ ਲੈਣਾ ਚਾਹੁੰਦੇ ਹੋ, ਉਹ ਵੀਜ਼ਾ ਤੁਹਾਨੂੰ ਦੇ ਦਿੰਦੇ ਸੀਗੇ। ਇੱਕ ਤਾਂ ਫੈਸਿਲਿਟੀ ਹੈਗੀ ਹੈ ਏਅਰਪੋਰਟ ਦੇ ਉੱਪਰ, ਹੁਣ ਜਿਹੜੇ ਤੁਸੀਂ ਇਨਸਾਈਡ ਕੈਨੇਡਾ ਤੁਸੀਂ ਏਅਰਪੋਰਟ 'ਤੇ ਜਾ ਨਹੀਂ ਸਕਦੇ, ਤਾਂ ਤੁਸੀਂ ਬਾਰਡਰ 'ਤੇ ਨੀਅਰਸਟ ਬਾਰਡਰ 'ਤੇ ਜਾ ਕੇ ਤੁਸੀਂ ਇਹ ਪ੍ਰੋਸੈਸ ਇਨੀਸ਼ੀਏਟ ਕਰ ਦਿੰਦੇ ਸੀ, ਇਹਨੂੰ ਫਲੈਗ ਪੋਲਿੰਗ ਕਿਹਾ ਜਾਂਦਾ ਵਾ। ਹੁਣ ਜਿਹੜਾ ਫਲੈਗ ਪੋਲਿੰਗ ਦਾ ਪ੍ਰੋਸੈਸ ਸੀਗਾ, ਸਿਰਫ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨ ਲਈ ਉਹ ਬੰਦ ਕਰਤਾ ਉਹਨਾਂ ਨੇ। ਇਹ ਹਾਲਾਂਕਿ ਪ੍ਰੋਸੈਸ ਅੱਜ ਤੋਂ 4-5 ਸਾਲ ਪਹਿਲਾਂ ਬੰਦ ਕਰਨਾ ਚਾਹੀਦਾ ਸੀਗਾ, ਕਿਉਂਕਿ ਇਹ ਬਹੁਤ ਵੱਡਾ ਪ੍ਰੈਸ਼ਰ ਆ ਜਿਹੜੇ ਬਾਰਡਰ ਦੇ ਉੱਪਰ ਵੀਜ਼ਾ ਆਫੀਸਰ ਨੇ, ਇਮੀਗ੍ਰੇਸ਼ਨ ਆਫੀਸਰ ਨੇ ਉਹਨਾਂ ਲਈ, ਕਿਉਂਕਿ ਉੱਥੇ ਆਲਰੇਡੀ ਜਿਹੜੇ ਲੋਕ ਅਮੈਰੀਕਾ ਤੋਂ ਕੈਨੇਡਾ ਟਰੈਵਲ ਕਰਦੇ ਨੇ ਉਹ ਬਹੁਤ ਨੰਬਰ ਹੁੰਦਾ ਉਹਨਾਂ ਦਾ ਕਾਫੀ ਵੱਡਾ, ਅਤੇ ਉਹਦਾ ਪ੍ਰੈਸ਼ਰ ਵੀਜ਼ਾ ਆਫੀਸਰ ਨੂੰ ਝੱਲਣਾ ਪੈਂਦਾ ਵਾ। ਫਿਰ ਬਹੁਤ ਸਾਰੀਆਂ ਟਰਾਂਸਪੋਰਟੇਸ਼ਨ ਗੁੱਡਸ ਨੇ ਜਿਹੜੀਆਂ ਅਮੈਰੀਕਾ ਤੋਂ ਕੈਨੇਡਾ ਆਉਂਦੀਆਂ ਨੇ, ਬਹੁਤ ਸਾਰੇ ਟਰੱਕ ਕੈਨੇਡਾ ਆਉਂਦੇ ਨੇ, ਐਂਟਰ ਕਰਦੇ ਨੇ। ਸੋ ਉਹਨਾਂ ਸਾਰਿਆਂ ਨੂੰ ਟੇਕ ਕੇਅਰ ਕਰਨੀ ਪੈਂਦੀ ਆ ਜਿਹੜਾ ਬਾਰਡਰ 'ਤੇ ਬੈਠਾ ਵੀਜ਼ਾ ਆਫੀਸਰ ਆ। ਸੋ ਜਿਹੜਾ ਇਹ ਪ੍ਰੋਸੈਸ ਸੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਾ, ਕਿਉਂਕਿ ਇਹ ਬਹੁਤ ਦੇਰ ਪਹਿਲਾਂ ਆਨਲਾਈਨ ਕਰਤਾ ਸੀ ਗਵਰਨਮੈਂਟ ਆਫ ਕੈਨੇਡਾ ਨੇ, ਜਿੱਥੇ ਆਨਲਾਈਨ ਦਾ ਪ੍ਰੋਸੈਸ ਕਾਫੀ ਈਜ਼ੀ ਆ, ਅਤੇ ਫਲੈਗ ਪੋਲਿੰਗ ਕਰਨ ਦੀ ਕੋਈ ਲੋੜ ਨਹੀਂ ਸੀਗੀ। ਬਟ ਬਹੁਤ ਲੋਕ ਸਲਾਹ ਦਿੰਦੇ ਸੀਗੇ ਕਿ ਰਾਦਰ ਦੈਨ, ਕਿਉਂਕਿ ਆਨਲਾਈਨ ਦੇ ਵਿੱਚ ਆਮ ਤੌਰ 'ਤੇ 3 ਮਹੀਨੇ ਲੱਗ ਜਾਂਦੇ ਨੇ ਤੁਹਾਡਾ ਵਰਕ ਪਰਮਿਟ ਆਉਣ ਲਈ, ਅਤੇ ਤੁਸੀਂ ਫਲੈਗ ਪੋਲਿੰਗ ਦੇ ਥਰੂ ਅਗਰ ਤੁਹਾਡੇ ਤੁਸੀਂ ਬਾਰਡਰ ਦੇ ਨੇੜੇ ਬੈਠੇ ਹੋ, ਜਾ ਕੇ ਤੁਸੀਂ ਉਹਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਕੇ ਆ ਸਕਦੇ ਸੀ, ਉਹ ਇੱਕ ਦਿਨ 'ਚ ਹੀ ਮਿਲ ਜਾਂਦਾ ਸੀਗਾ।
ਉੱਥੇ ਕਈ ਵਾਰ ਤੁਹਾਨੂੰ ਡਿਨਾਈ ਵੀ ਕਰਦੇ ਸੀ ਉਹ ਵਰਕ ਪਰਮਿਟ, ਅਤੇ ਕਈ ਪ੍ਰੋਬਲਮਸ ਵੀ ਆਉਂਦੀਆਂ ਸੀਗੀਆਂ। ਬਟ ਹੁਣ ਇਹਨਾਂ ਨੇ ਪ੍ਰੋਸੈਸ ਸਾਰਾ ਬੰਦ ਕਰਤਾ। ਇਹਦਾ ਮੇਨ ਕਾਰਨ ਇਹੀ ਆ, ਉਹ ਕਹਿੰਦੇ ਨੇ ਕਿ ਅਸੀਂ ਪ੍ਰੋਸੈਸ ਦੇ ਵਿੱਚ ਫੇਅਰਨੈਸ ਲੈ ਕੇ ਆਉਣਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਹਰ ਬੰਦੇ ਲਈ ਇੱਕੋ ਤਰ੍ਹਾਂ ਦਾ ਪ੍ਰੋਸੈਸ ਹੋਵੇ। ਹੁਣ ਸਾਰੇ ਸਟੂਡੈਂਟ ਨੂੰ ਜਿਹੜੇ ਕੈਨੇਡਾ 'ਚ ਬੈਠੇ ਨੇ ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਲਈ ਔਨਲਾਈਨ ਹੀ ਅਪਲਾਈ ਕਰਨਾ ਪਊਗਾ ਔਰ ਉਹਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਜਾਊਗਾ। ਸੋ ਇਹ 'ਚ ਕੋਈ ਖਾਸ ਚੇਂਜਸ ਨਹੀਂ ਆਈਆਂ, ਪੋਸਟ ਗ੍ਰੈਜੂਏਟ ਵਰਕ ਪਰਮਿਟ ਨੂੰ ਲੈ ਕੇ ਕੋਈ ਤਬਦੀਲੀ ਨਹੀਂ ਆਈ, ਸਿਰਫ ਉਹਦਾ ਜਿਹੜਾ ਅਪਲਾਈ ਕਰਨ ਦਾ ਪ੍ਰੋਸੈਸ ਆ ਉਹ ਚੇਂਜ ਕੀਤਾ। ਉਹ ਵੀ ਇੱਕ ਮੈਥਡ, ਜਿਹੜਾ ਤੁਸੀਂ ਇੱਕ ਦਿਨ 'ਚ ਆਪਦਾ ਵਰਕ ਪਰਮਿਟ ਲੈ ਕੇ ਆ ਜਾਂਦੇ ਸੀਗੇ ਅਗਰ ਤੁਸੀਂ ਬਾਰਡਰ ਦੇ ਨੇੜੇ ਬੈਠੇ ਹੋ, ਬਾਰਡਰ 'ਤੇ ਜਾ ਕੇ ਵੀਜ਼ਾ ਆਫਿਸਰ ਨਾਲ ਗੱਲਬਾਤ ਕਰਕੇ। ਹੁਣ ਤੁਹਾਨੂੰ ਔਨਲਾਈਨ ਅਪਲਾਈ ਕਰਨਾ ਪਊਗਾ। ਸਾਰੇ ਲੋਕਾਂ ਨੂੰ ਜਿੰਨਾ ਟਾਈਮ ਪਹਿਲਾਂ ਲੱਗ ਰਿਹਾ ਸੀਗਾ, ਜਿਹੜਾ ਬੰਦਾ ਪਹਿਲਾਂ ਔਨਲਾਈਨ ਅਪਲਾਈ ਕਰਦਾ ਸੀ ਅਗਰ ਉਹਨਾਂ ਨੂੰ 3 ਮਹੀਨੇ ਲੱਗਦੇ ਸੀਗੇ, ਹੁਣ ਹਰ ਬੰਦੇ ਨੂੰ ਉਨਾ ਹੀ ਟਾਈਮ ਲੱਗੂਗਾ। ਸੋ ਜਿਹੜਾ ਪ੍ਰੋਸੈਸ ਆ, ਜਿਹੜਾ ਪ੍ਰੋਸੀਜਰ ਆ, ਉਹਦੇ ਵਿੱਚ ਇੱਕ ਫੇਅਰਨੈਸ ਲੈ ਕੇ ਆਉਂਦੀ ਆ IRCC ਨੇ। ਨਾਲ ਦੀ ਨਾਲ ਜਿਹੜੇ ਬਾਰਡਰ 'ਤੇ ਬੈਠੇ ਵੀਜ਼ਾ ਆਫਿਸਰ ਨੇ ਉਹਨਾਂ ਦਾ ਜਿਹੜਾ ਟਾਈਮ ਵੇਸਟ ਹੁੰਦਾ ਸੀ ਇਸ ਪ੍ਰੋਸੈਸ ਦੇ ਵਿੱਚ ਉਹਨੂੰ ਵੀ ਘਟਾਇਆ ਵਾ। ਵੈਸੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀਆਂ ਕੁਝ ਚੇਂਜਿਸ ਆਉਣ ਦੀ ਸੰਭਾਵਨਾ ਹੈਗੀ ਆ ਬਾਏ ਐਂਡ ਆਫ ਦਿਸ ਈਅਰ, ਉਹ ਜਦ ਵੀ ਆਉਣਗੀਆਂ ਮੈਂ ਜ਼ਰੂਰ ਤੁਹਾਡੇ ਨਾਲ ਡਿਸਕਸ ਕਰੂੰਗਾ। ਫਿਲਹਾਲ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਕੇ ਕੋਈ ਵੀ ਤਬਦੀਲੀ ਨਹੀਂ ਆਈ। ਤੁਹਾਡੀ ਕਿਸ ਤਰ੍ਹਾਂ ਦੀ ਕੋਈ ਸਟੱਡੀ ਵੀਜ਼ਾ ਦੀ ਐਪਲੀਕੇਸ਼ਨ ਹੈਗੀ ਆ ਕੈਨੇਡਾ ਲਈ, ਵਿਜ਼ਟਰ ਵੀਜ਼ਾ ਦੀ ਫਾਈਲ ਆ, ਵਰਕ ਪਰਮਿਟ ਦੀ ਫਾਈਲ ਆ, PR 'ਤੇ ਕੈਨੇਡਾ ਜਾਣਾ ਚਾਹੁੰਦੇ ਹੋ, ਤੁਸੀਂ ਇਨਸਾਈਡ ਕੈਨੇਡਾ ਉਹਦੇ ਬਾਰੇ ਕੋਈ ਸੁਜੈਸ਼ਨ ਲੈਣਾ ਚਾਹੁੰਦੇ ਹੋ, ਜ਼ਰੂਰ ਸਾਨੂੰ ਕੰਸਲਟ ਕਰ ਸਕਦੇ ਹੋ। ਨੰਬਰ ਸਾਡੇ ਸਾਹਮਣੇ ਡਿਸਪਲੇ ਹੋ ਰਹੇ ਨੇ।